ਪੰਜਾਬ ਦੇ ਲੋਕਾਂ ਵੱਲੋਂ ਆਪਣੇ ਵਿਰਸੇ ਨੂੰ ਭੁੱਲਦੇ ਹੋਏ ਲਗਾਤਾਰ ਅਪਣਾਏ ਜਾ ਰਹੇ ਵੈਸਟਰਨ ਕਲਚਰ ਤੋਂ ਵਾਪਸ ਪੰਜਾਬੀ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਮੰਤਵ ਨਾਲ ਨੈਸ਼ਨਲ ਯੂਥ ਕਲੱਬ ਵੱਲੋਂ ਧੀ ਪੰਜਾਬ ਦੀ ਅਵਾਰਡ ਦਾ ਆਯੋਜਨ ਕੀਤਾ ਜਾਂਦਾ ਜੋ ਕਿ ਲਗਾਤਾਰ 16 ਸਾਲਾਂ ਤੋਂ ਇਸੇ ਤਰ੍ਹਾਂ ਦਿੱਤਾ ਜਾ ਰਿਹਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਅਵਾਰਡ ਲਈ ਫਰੀਦਕੋਟ ਵਿੱਚ ਉਪ ਮੁਕਾਬਲੇ ਕਰਵਾਏ ਗਏ ਨੇ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਵਿੱਚੋਂ ਮੁਟਿਆਰਾਂ ਨੇ ਹਿੱਸਾ ਲਿਆ ਅਤੇ ਸੱਭਿਆਚਾਰ ਨਾਲ ਜੁੜੇ ਮੁਕਾਬਲਿਆਂ ਵਿੱਚ ਆਪਣੀ ਕਲਾ ਦੇ ਜ਼ੋਹਰ ਦਿਖਾਏ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨਦੀਪ ਕੌਰ ਹੈ, ਕੁਟਰੀ ਸਰਦਾਰ ਗੁਰਜੀਤ ਸਿੰਘ ਜੀ, ਅਤੇ ਮੈਂ ਇਸ ਕੰਪੀਟੀਸ਼ਨ ਧੀ ਪੰਜਾਬ ਦੀ ਦੇ ਉਪ ਚੋਣ ਮੁਕਾਬਲੇ ਵਿੱਚ ਪਾਰਟ ਲਿੱਤਾ। ਮੈਨੂੰ ਬਹੁਤ ਅੱਛਾ ਲੱਗਿਆ। ਇਹ ਕੰਪੀਟੀਸ਼ਨ ਆਪਣੇ ਸੱਭਿਆਚਾਰ ਨੂੰ ਪ੍ਰਜੈਂਟ ਕਰਦਾ ਕਿ ਆਪਾਂ ਨੂੰ ਆਪਦੇ ਸੱਭਿਆਚਾਰ ਨੂੰ ਭੁੱਲਣਾ ਨਹੀਂ ਚਾਹੀਦਾ, ਅਤੇ ਸੱਭਿਆਚਾਰ ਦੇ ਰਿਲੇਟਡ ਕਿ ਆਪਾਂ ਨੂੰ ਜਿੱਦਾਂ ਕਿ ਅੱਜ ਦੇ ਲੋਕ ਹੈ ਨਾ ਆਪਦੇ ਵਿਰਸੇ ਨੂੰ ਵਿਸਾਰਦੇ ਜਾ ਰਹੇ ਹਨ, ਉੱਦਾਂ ਹੀ ਆਪਾਂ ਨੂੰ ਇਹ ਕੰਪੀਟੀਸ਼ਨ ਆਪਦੇ ਵਿਰਸੇ ਦੇ ਨਾਲ ਜੋੜਦਾ ਹੈ। ਸੋ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ। ਮੈਨੂੰ ਜਿੱਤਣ ਹਾਰਨ ਨਾਲ ਮਤਲਬ ਨਹੀਂ, ਬਸ ਆਪਦੇ ਵਿਰਸੇ ਦੇ ਨਾਲ ਜੁੜਨ ਤੋਂ ਮਤਲਬ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਪਨੀਤ ਕੌਰ ਅਤੇ ਮੈਂ ਬਾਬਾ ਫਰੀਦ ਜੀ ਦੀ ਪਾਵਨ ਧਰਤੀ ਤੋਂ ਬਿਲੋਂਗ ਕਰਦੀ ਹਾਂ। ਮੈਂ ਇਸ ਕੰਪੀਟੀਸ਼ਨ ਵਿੱਚ ਅੱਜ ਹਿੱਸਾ ਲਿਆ, ਮੈਨੂੰ ਬਹੁਤ ਵਧੀਆ ਲੱਗਿਆ। ਸਾਡੇ ਸ਼ਹਿਰ ਵਿੱਚ ਹਰੇਕ ਸਾਰੇ ਔਰਗਨਾਈਜ਼ ਕੀਤਾ ਜਾਂਦਾ ਸੀ, ਪਰ ਉਦੋਂ ਮੇਰੀ ਉਮਰ ਥੋੜ੍ਹੀ ਘੱਟ ਸੀ। ਅੱਜ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਪਰਫੋਰਮ ਕਰਕੇ। ਮੇਰਾ ਜਿੱਤਣ ਨਾਲ ਤਾਂ ਕੋਈ ਮਤਲਬ ਨਹੀਂ, ਪਰ ਮੈਂ ਆਪਣੇ ਵਿਰਸੇ ਨਾਲ ਜੁੜਨਾ ਚਾਹੁੰਦੀ ਹਾਂ, ਇਸ ਲਈ ਮੈਂ ਇਹਦੇ ਕੰਪੀਟੀਸ਼ਨ ਦੇ ਵਿੱਚ ਭਾਗ ਲਿੱਤਾ। ਥੈਂਕ ਯੂ। ਵੈਲ, ਮੇਰਾ ਨਾਮ ਹਰਹੇਮਨੀਲ ਕੌਰ ਆ ਅਤੇ ਮੈਂ ਮੋਹਾਲੀ ਜ਼ਿਲ੍ਹੇ ਨੂੰ ਅੱਜ ਇੱਥੇ ਧੀ ਪੰਜਾਬ ਦੀ ਉਪ ਚੋਣ ਮੁਕਾਬਲੇ ਦੇ ਵਿੱਚ ਪੇਸ਼ ਕਰਨ ਆਈ ਹਾਂ, ਅਤੇ ਬਹੁਤ ਹੀ ਚੰਗਾ ਲੱਗਿਆ ਆਪਣੇ ਸੱਭਿਆਚਾਰ ਨੂੰ ਅੱਗੇ ਪ੍ਰਮੋਟ ਕਰਦੇ ਹਾਂ, ਕਿਉਂਕਿ ਇੱਕ ਦੌਰ ਚੱਲ ਰਿਹਾ ਜਿਹਦੇ 'ਚ ਅਸੀਂ ਹੋਰ ਵਿਰਸੇ ਵੱਲ ਵੀ ਜਾਂਦੇ ਜਾ ਰਹੇ ਹਾਂ, ਜੋ ਕਿ ਮਾੜਾ ਨਹੀਂ ਹੈ, ਕਿਸੇ ਹੱਦ ਤੱਕ ਚੰਗਾ ਹੈ, ਪਰ ਨਾਲ ਨਾਲ ਆਪਦੇ ਸੱਭਿਆਚਾਰ ਨੂੰ ਲੈ ਕੇ ਅੱਗੇ ਤੁਰਨਾ ਮੈਨੂੰ ਲੱਗਦਾ ਕਿ ਇੱਕ ਕੁੜੀ ਦੇ ਲਈ ਉਸਦਾ ਸੁਹੱਪਣ ਅਤੇ ਉਸਦੀ ਜੋ ਅਦਾ ਹੈ, ਉਸਦੀ ਜੋ ਖੂਬਸੂਰਤੀ ਹੈ, ਪੰਜਾਬੀ ਬਿਊਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨੂੰ ਇੱਥੇ ਦਰਸਾਉਣ ਦਾ ਮੌਕਾ ਮਿਲਿਆ, ਕਿਉਂਕਿ ਜਿਸ ਬੋਲੀ ਨੈਸ਼ਨਲ ਯੂਥ ਵੈਲਫੇਅਰ ਕਲੱਬ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਹੋਏ ਅੱਜ 16ਵਾਂ ਧੀ ਪੰਜਾਬ ਦੀ ਪੁਰਸਕਾਰ 2016 ਦੇ ਲਈ ਉਪ ਚੋਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਪੰਜਾਬਣ ਮੁਟਿਆਰਾਂ ਨੇ ਬਹੁਤ ਉਤਸ਼ਾਹ ਨਾਲ ਅਤੇ ਪੰਜਾਬੀ ਪਹਿਰਾਵੇ ਦੇ ਵਿੱਚ ਆਪਣੇ ਆਪ ਨੂੰ ਸਮੋ ਕੇ ਇੱਥੇ ਉਪ ਚੋਣ ਮੁਕਾਬਲੇ 'ਚ ਭਾਗ ਲਿਆ। ਇਸ ਉਪ ਚੋਣ ਮੁਕਾਬਲੇ ਵਿੱਚੋਂ ਅਸੀਂ ਕੁੱਲ 18 ਭਾਗੀਦਾਰ ਚੁਣਾਂਗੇ, ਜਿਹੜੀਆਂ 13 ਨਵੰਬਰ ਨੂੰ ਉਹ ਮੇਨ ਅਵਾਰਡ ਵਾਸਤੇ ਉਹ ਭਾਗੀਦਾਰ ਹੋਣਗੀਆਂ, ਅਤੇ ਉਸ 13 ਨਵੰਬਰ ਫਰੀਦਕੋਟ ਦੇ ਵਿੱਚ ਜੇਤੂ ਕੁੜੀਆਂ ਨੂੰ ਸੋਨੇ ਦੀ ਸੱਗੀ, ਧੀ ਪੰਜਾਬ ਦੀ ਪੁਰਸਕਾਰ 2016 ਦਾ ਅਵਾਰਡ, ਫੁਲਕਾਰੀ ਅਤੇ ਸੋਨੇ ਦੇ ਕੋਕੇ ਨਾਲ ਸਨਮਾਨਿਤ ਕੀਤਾ ਜਾਏਗਾ। ਇਸੇ ਤਰ੍ਹਾਂ ਦੂਜੇ ਤੀਜੇ ਸਥਾਨ 'ਤੇ ਵੀ ਸੋਨੇ ਦਾ ਟਿੱਕਾ, ਸੋਨੇ ਦੀ ਕੈਂਠੀ, ਫੁਲਕਾਰੀ ਸਨਮਾਨ ਅਤੇ ਬਾਕੀ ਭਾਗੀਦਾਰਾਂ ਨੂੰ ਸੋਨੇ ਦੇ ਕੋਕੇ ਦਿੱਤੇ ਜਾਣਗੇ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।